ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ, ਪਿੰਡ ਰਾਏਪੁਰ, ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਜਿਹੜਾ ਅੰਮ੍ਰਿਤਸਰ ਪੈ ਜਾਂਦਾ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਗਾਵਾਂ ਦੇ ਨਗ ਦਿਖਾਉਣੇ ਆ, ਬਹੁਤ ਚੰਗੀਆਂ ਜਿਹੜੀਆਂ ਚਾਰ ਗਾਵਾਂ ਅੱਜ ਤੁਹਾਨੂੰ ਦਿਖਾਉਣੀਆਂ, ਸਰਪੰਚ ਸਾਹਿਬ ਦੇ ਘਰੋਂ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ। ਆਹ ਹੁਣ ਵੀਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਤੋਂ ਪੁੱਛਦੇ ਇਹਨਾਂ ਬਾਰੇ ਸਾਰੀ ਡਿਟੇਲ। ਅਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਇਸ ਚੈਨਲ 'ਤੇ ਪਹਿਲੀ ਵਾਰੀ ਆਏ ਆ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣ। ਆਹ ਹੁਣ ਵੀਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਤੋਂ ਪੁੱਛਦੇ ਇਹਨਾਂ ਬਾਰੇ ਸਾਰੀ ਡਿਟੇਲ, ਕਿੰਨਾ ਇਹਨਾਂ ਥੱਲੇ ਦੁੱਧ ਤਿਆਰ ਹੈ ਅਤੇ ਕੀ ਵੀਰ ਜੀ ਹੁਣ ਇਹਨਾਂ ਦੇ ਮੁੱਲ ਕਰਦੇ ਆ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਕੀ ਹਾਲ ਚਾਲ ਜੀ? ਤੇ ਜੀ ਆਪਣਾ ਨਾਮ ਬੋਲ ਦਿਓ ਜੀ ਇੱਕ ਵਾਰੀ। ਹਰਜੀਤ ਸਿੰਘ। ਅੱਛਾ ਜੀ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਅਤੇ ਤੁਹਾਨੂੰ ਸਰਪੰਚ ਸਾਹਿਬ, ਇੱਥੇ ਸਰਪੰਚ ਮੌਜੂਦਾ ਸਰਪੰਚ ਹੈ ਤੁਸੀਂ ਪਿੰਡ ਦੇ? ਅੱਛਾ ਜੀ, ਅੱਛਾ ਮੌਜੂਦਾ ਸਰਪੰਚ ਜਿਹੜੇ ਤੁਸੀਂ, ਮਤਲਬ ਜੇ ਕਿਸੇ ਨੇ ਤੁਹਾਡੇ ਘਰ ਪਹੁੰਚਣਾ ਤੇ ਵੀ ਕੋਈ ਕਹਿ ਸਕਦਾ ਸਰਪੰਚ ਸਰਪੰਚ? ਅੱਛਾ ਜੀ, ਸਰਪੰਚ ਦੇ ਘਰ ਜਾਣਾ ਵਾ, ਠੀਕ ਆ। ਤੇ ਫੋਨ ਨੰਬਰ ਵੀਰ ਜੀ ਇੱਕ ਵਾਰੀ ਬੋਲ ਦਿਓ ਆਪਣਾ। 98 788 82 700, ਠੀਕ ਹੈ ਜੀ। ਅਤੇ ਵੀਰ ਜੀ ਆਪਣਾ ਵਪਾਰ ਦਾ ਕੰਮ ਕਰਦੇ ਨੂੰ ਕਿੰਨਾ ਕੁ ਟਾਈਮ ਹੋ ਗਿਆ ਜੀ? ਆਪਣੇ ਜੀ 7-8 ਸਾਲ ਹੋ ਗਏ। 7-8 ਸਾਲ? ਅਤੇ ਗਾਵਾਂ ਹੀ ਇਕੱਲੀਆਂ ਲਿਆਈ ਦੀਆਂ ਕਿ ਮੱਝਾਂ ਵੀ ਲਿਆਈ? ਤੇ ਤੇ ਗਾਵਾਂ ਕਿਸ ਤਰ੍ਹਾਂ ਦੇ ਪਸ਼ੂ ਆਪਾਂ ਲਿਆਈਦੇ? ਪਸ਼ੂ ਆਪਾਂ ਚੰਗੇ ਹੀ ਲਿਆਈਦੇ, ਵਹਿਣਾ ਪਹਿਲਾਂ ਜਸੂਆ ਜੀ, ਦੰਦਾਂ ਜੀ, ਡੋਂਦੀਆਂ, ਚੌਕੀਆਂ। ਅੱਛਾ ਜੀ, ਠੀਕ ਹੈ ਜੀ। ਤੇ ਆਪਣਾ ਕਿੱਥੇ ਕਿੱਥੇ ਮਾਲ ਜਿਹੜਾ ਜਾਂਦਾ ਜੀ? ਆਪਣੇ ਤੋਂ ਗੁਜਰਾਤ ਵਾਲੇ ਵੀ ਬੰਦੇ ਆਉਂਦੇ, ਜੰਮੂ ਵਾਲੇ ਵੀ। ਅੱਛਾ ਜੀ, ਲੋਕਲ ਵੀ ਜ਼ਿਆਦਾ ਆਉਂਦੇ ਆਪਣੇ ਘਰਾਂ ਵਾਲੇ ਵੀ। ਅੱਛਾ ਜੀ, ਲੱਗੇ ਆ ਆਪਣੇ, ਠੀਕ ਹੈ ਜੀ। ਚੰਗਾ ਪਸ਼ੂ ਫਿਰ ਹੁੰਦਾ ਹੀ ਹੈ, ਫਿਰ ਵਾਰ ਵਾਰ ਗਾਹਕ ਆਪੇ ਆਈ ਜਾਂਦਾ। ਹਾਂਜੀ ਹਾਂਜੀ, ਸ਼ੁਰੂ ਕਰੀਏ ਜੀ ਫਿਰ। ਸਭ ਤੋਂ ਪਹਿਲਾਂ ਜਿਹੜੀ ਆ ਪਹਿਲੇ ਨੰਬਰ 'ਤੇ ਜਿਹੜੀ ਬੜੀ ਉੱਚੇ ਕੱਦ ਕਾਠ ਵਾਲੀ ਵੈੜ ਹੈ ਜਿਹੜੀ ਖਲੋਤੀ ਹੈ, ਇਹਦੇ ਤੋਂ ਹੀ ਸ਼ੁਰੂਆਤ ਕਰਾਂਗੇ। ਮੂੰਹ ਇਹਦਾ ਦਿਖਾ ਦਿਓ ਇੱਕ ਵਾਰੀ, ਫੇਸ ਕੁਆਲਿਟੀ ਇਹਦੀ ਇੱਕ ਵਾਰੀ ਤੁਹਾਨੂੰ ਦਿਖਾ ਦਈਏ। ਥਣ ਜਿਹੜਾ ਤੁਸੀਂ ਇਹਦਾ ਦੇਖ ਸਕਦੇ ਜੀ, ਠੰਡੀ ਸੀ ਲਿਆ ਜੀ ਥਣ ਪਿੱਛੇ ਤੋਂ ਵੀ, ਇੱਕ ਵਾਰੀ ਤੁਹਾਨੂੰ ਦਿਖਾ ਦਈਏ। ਅਜੇ ਢਿੱਲਾਂ ਜਿਹੜੀਆਂ ਤੁਸੀਂ ਦੇਖ ਸਕਦੇ। ਤੇ ਵੀਰ ਜੀ ਕਿੰਨੇ ਕੁ ਦਿਨ ਜਿਹੜੀ ਅਜੇ ਖੜਦੀ ਹੈ? 6 ਤਰੀਕ ਨੂੰ, ਅੱਜ ਹੈਗੀ 24 ਤਰੀਕ, ਮਤਲਬ 10 ਤੋਂ 15 ਦਿਨ ਇਹਨੇ ਲੈ ਜਾਣੇ ਆ। ਤੇ ਸੋਹਣਾ ਹਵਾਨਾ ਜਿਹੜਾ ਤਿਆਰ ਕਰੂਗੀ, ਪਹਿਲੇ ਸੂਏ ਸੋਹਣਾ ਇਹਨੇ, ਦੋ ਦੰਦ ਮੂੰਹ, ਏਡਾ ਕੱਦ ਹੋਵੇ ਦੋ ਦੰਦ ਨਹੀਂ ਹੋ ਸਕਦੀ ਜੀ। ਦਿਖਾਓ ਹਾਂ ਭਲਾ, ਏਡੇ ਏਡੇ ਕੱਦ ਵਾਲੀ ਦੋ ਦੰਦ, ਇਸ ਤਰ੍ਹਾਂ ਖੋਲ ਕੇ ਨਾ ਵਿਖਾਓ, ਇਸ ਤਰ੍ਹਾਂ ਵਿਖਾ ਦਿਓ ਪਹਿਲਾਂ। ਫਾਰਮ 'ਚੋਂ ਮਾਲ ਲਈਦਾ ਨਾ ਫਿਰ ਪਾ। ਅੱਛਾ, ਫਾਰਮ ਦੀ ਆ ਜੀ? ਹਾਂਜੀ, ਇੱਥੋਂ ਜੀ। ਇੱਕ ਮਿੰਟ ਖਿਲਾਰ ਦਿਓ ਜੀ, ਆ ਦੇਖ ਸਕਦੇ ਪਿਓਰ ਦੋ ਦੰਦ ਜਿਹੜੀ। ਹਾਂਜੀ ਠੀਕ ਹੈ ਜੀ, ਪਿਓਰ ਦੋ ਦੰਦ ਜੇ ਏਡਾ ਕੱਦ ਕਾਠ ਹੋਵੇ ਅਤੇ ਦੋ ਦੰਦ ਹੋਵੇ ਤਾਂ ਦੋਸਤੋ ਇਹੋ ਜਿਹਾ ਆਪਾਂ ਨੂੰ ਜਿਹੜੇ ਘੱਟ ਹੀ ਦੇਖਣ ਨੂੰ ਮਿਲਦੀਆਂ। ਅੱਜ ਲੈ ਆਓ ਜੀ, ਖੋਲ੍ਹ ਕੇ ਵਿਖਾਈਏ ਇੱਕ ਵਾਰੀ। ਬਹੁਤ ਸੋਹਣਾ ਜਿਹੜਾ ਇਹਦਾ ਕੱਦ ਕਾਠ, ਰੰਗ ਰੂਪ ਚੰਗਾ ਸੋਹਣਾ। ਹਵਾਨਾ ਤੁਸੀਂ ਦੋਸਤੋ ਇਹਦਾ ਜਿਹੜਾ ਦੇਖ ਸਕਦੇ ਜੀ, ਅਜੇ ਢਿੱਲਾਂ ਜਿਹੜੀਆਂ ਕਾਫੀ ਆ, ਅਤੇ ਥਣ ਵੀ ਜਿਹੜਾ ਸੂ ਕੇ ਇੰਨੇ ਸੋਹਣਾ ਤਿਆਰ ਕਰਨਾ ਜੇ, ਪਹਿਲਾ ਸੂਆ ਸੋਹਣਾ ਹਵਾਨਾ ਤਿਆਰ ਕਰੂਗੀ। ਅਤੇ ਕਿੰਨਾ ਕੁ ਦੁੱਧ ਪਹਿਲੇ ਸੂਵੇ ਕਰ ਜੂਗੀ ਵੀਰ ਜੀ? ਅੱਛਾ, ਹੁਣ ਇਸ ਟਾਈਮ 35-36 ਲੀਟਰ ਦੁੱਧ ਤਿਆਰ। ਅੱਛਾ, 22-23 ਕਿਲੋ ਤੋਂ ਸਟਾਰਟ ਹੁੰਦੀਆਂ ਵਾ, ਤੇ ਇਹ ਵੀ ਫਿਰ ਇੰਨਾ ਕੁ ਕਰ ਜੂਗੀ? ਕਰੂਗੀ, ਕੱਦ ਕਾਠ ਬਹੁਤ ਆ, ਥਣ ਬਹੁਤ ਲੱਗਾ ਨਹੀਂ, ਇਹ ਉਮਰ 'ਚ ਥਣ ਹੀ ਨਹੀਂ ਇੰਨਾ ਲੰਮਾ ਮੱਛੀਆਂ ਕਰਦੀਆਂ। ਹਾਂਜੀ ਹਾਂਜੀ, ਤੇ ਕੀ ਮੁੱਲ ਕਰਦੇ ਜੀ ਇਹਦਾ ਫਿਰ? ਇਹਦਾ ਮੁੱਲ 75,000 ਕਰਦੇ ਜੀ। 75,000? ਤੇ ਹਾਂਜੀ ਵੀਰ ਜੀ, 75,000 ਮੁੱਲ ਇਹਦਾ ਜ਼ਿਆਦਾ ਨਾ ਹੋ ਜੂਗਾ? ਚਲੋ ਵੀਰ ਜੀ ਕੋਈ ਨਹੀਂ, 67,000 ਦੀ ਦੇ ਦਾਂਗੇ। ਅੱਛਾ, 67,000 ਦੀ, ਉਹ ਵੀ ਜਿਹੜਾ ਹੋਰ ਮਾਨ ਤਾਨ ਕਰ ਦਾਂਗੇ ਗਾਹਕ ਦਾ। ਅੱਛਾ, ਉਹ 'ਚੋਂ ਵੀ ਹੋਰ ਮਾਨ ਤਾਨ ਜਿਹੜਾ ਕਰ ਦੋਗੇ? ਅੱਛਾ ਅੱਛਾ, ਠੀਕ ਆ। ਹਾਂ ਦੇਖ ਸਕਦੇ ਜੀ ਇਹਦਾ ਉੱਚਾ ਕੱਦ ਕਾਠ ਵੈਟ ਦਾ ਰੇਟ ਜਿਹੜਾ ਵੀਰ ਜੀ ਉਹਨਾਂ ਨੇ ਆਪਾਂ ਨੂੰ ਦੱਸਤਾ ਹੈ। ਕਿਸੇ ਵੀਰ ਨੂੰ ਚੰਗੀ ਲੱਗਦੀ ਹੈ ਤਾਂ ਆਪਣਾ ਵੀਰ ਜੀ ਉਹਨਾਂ ਨੂੰ ਫੋਨ ਕਰੇ,
ਤੇ ਉਹਨਾਂ ਤੋਂ ਬਾਕੀ ਹੋਰ ਜਿਹੜੀ ਜ਼ਿਆਦਾ ਜਾਣਕਾਰੀ ਲੈ ਸਕਦੇ ਆ। ਹੁਣ ਤੀਸਰੇ ਨੰਬਰ ਤੇ ਦੂਸਰੇ ਨੰਬਰ ਤੇ ਜਿਹੜੀ ਇੱਕ ਹੋਰ ਉੱਚੇ ਕੱਦਾਂ ਵਾਲੀ ਜਿਹੜੀ ਸੋਹਣੇ ਹਵਾਨੇ ਵਾਲੀ ਤੁਹਾਨੂੰ ਵੈਟ ਦਿਖਾਉਣੀ। ਹਵਾਨੇ ਤੇ ਤੁਸੀਂ ਦੇਖ ਸਕਦੇ ਜੀ ਮਿਲਕ ਵੇਨਸ ਵੀ ਬੜੀਆਂ ਸੋਹਣੀਆਂ ਤੇ ਤੁਹਾਨੂੰ ਦਾ ਸਾਈਜ਼ ਵੀ ਜਿਹੜਾ ਚੰਗਾ ਸੋਹਣਾ ਲੱਗਾ ਹੈ। ਆ ਹੁਣ ਵੀਰ ਜੀ ਉਹਨਾਂ ਤੋਂ ਇਹਦੀ ਜਿਹੜੀ ਡਿਟੇਲ ਆਪਾਂ ਪੁੱਛਦੇ ਜੀ। ਸਭ ਤੋਂ ਪਹਿਲਾਂ ਤਾਂ ਵੀਰ ਜੀ ਆਪਾਂ ਦੱਸ ਦਈਏ ਇਹਦੇ ਮਗਰ ਕੀ ਆ ਗਿਆ ਜੀ। ਇਹਦੇ ਮਗਰ ਵੱਛੀ ਹੈ। ਅੱਛਾ ਵੱਛੀ ਆ, ਫੀਮੇਲ ਕਾਫ ਜਿਹੜੀ ਸੋਹਣੀ ਵੱਛੀ ਇਹਦੇ ਮਗਰ ਆ ਗਈ ਆ। ਤੇ ਕਿੰਨਵਾਂ ਸੂਆ ਇਹ ਸੂਈ ਆ ਜੀ? ਦੂਜਾ ਸੂਆ ਸੂਈ ਜੀ। ਦੂਸਰਾ ਸੂਆ ਸੂਈ ਆ। ਕਿੰਨੇ ਦਿਨ ਹੋ ਗਏ ਸੂਈ ਨੂੰ? ਦੋ ਦਿਨ ਦੀ ਸੂਈ ਜੀ। ਦੋ ਦਿਨ ਦੀ ਸੂਈ ਆ। ਤੇ ਕਿੰਨਾ ਕੁ ਬੋਲਾ ਤਿਆਰ ਜੀ ਇਹਦੇ ਥੱਲੇ? 17-18 ਕਿਲੋ ਪੀਸ ਤਿਆਰ। 17-18 ਕਿਲੋ ਜਿਹੜਾ ਬੋਲਾ ਇਹਦੇ ਥੱਲੇ ਤਿਆਰ ਹੈ। ਕਿੰਨਾ ਕੁ ਦੁੱਧ ਦੇ ਕਰ ਜੂਗੀ? 27-28 ਲੀਟਰ ਭਰੂਗੀ। 27-28 ਲੀਟਰ ਕਰ ਜੂਗੀ ਦੁੱਧ ਦੇ? ਠੀਕ ਹੈ ਜੀ। ਬਹੁਤ ਸੋਹਣਾ ਜਿਹਾ ਹੈ ਮੋਟਰਾਂ ਨੂੰ ਜੀ। ਅੱਛਾ ਜੀ, ਖੋਲ ਕੇ ਵਿਖਾਈਏ ਜੀ ਫਿਰ ਇਹਨੂੰ। ਕੱਦ ਖੱਟ ਦੋਸਤੋ ਤੁਸੀਂ ਦੇਖ ਸਕਦੇ ਜੀ। ਤੇ ਹਵਾਨਾ ਵੀ ਜਿਹੜਾ ਤੁਸੀਂ ਇਹਦਾ ਦੇਖ ਸਕਦੇ, ਬਹੁਤ ਸੋਹਣਾ ਹਵਾਨਾ ਜਿਹੜਾ ਇਹਨੇ ਤਿਆਰ ਕੀਤਾ ਹੈ। ਦੂਸਰੇ ਸੂਏ ਅਜੇ ਸੂਈ ਆ ਤੇ ਜੇ ਬੋਲੇ ਤੇ ਹੀ ਆ। ਹਾਂਜੀ ਹਾਂਜੀ, ਲੈ ਜਾਇਓ ਜੀ। ਹਵਾਨਾ ਪਛਾਣ ਨੂੰ ਵੀ ਸੋਹਣਾ ਦਿਖਾਉਂਦੀ ਆ ਤੇ ਹਵਾਨਾ ਜਿਹੜਾ ਗਾਂ ਨੂੰ ਵੀ ਸੋਹਣਾ ਦਿਖਾਉਂਦੀ ਆ, ਆਹ ਦੇਖ ਸਕਦੇ। ਆਹ ਹੁਣ ਵੀਰ ਜੀ ਉਹਨਾਂ ਤੋਂ ਇਹਦਾ ਜਿਹੜਾ ਮੁੱਲ ਆਪਾਂ ਪੁੱਛਦੇ ਤੇ ਰੰਗ ਰੂਪ ਫੇਸ ਕੁਆਲਿਟੀ ਇੱਕ ਵਾਰੀ ਦਿਖਾ ਦਈਏ ਤੁਹਾਨੂੰ। ਤੇ ਆਹ ਜਿਹੜੀ ਇਹਦੇ ਮਗਰ ਵੱਛੀ ਆ ਗਈ ਹੈ ਤੇ ਬੋਡੀ ਵੇਟ ਕੱਦ ਕੱਟ ਚੰਗਾ। ਹਾਂਜੀ ਵੀਰ ਜੀ, ਇਹਦਾ ਵੀ ਆਪਾਂ ਫਿਰ ਜਿਹੜਾ ਤੁਸੀਂ ਕਹਿੰਦੇ 27-28 ਲੀਟਰ ਦੁੱਧ ਕਰ ਜੂਗੀ ਤੇ ਇਹਦਾ ਮੁੱਲ ਆਪਾਂ ਦੱਸ ਦਈਏ ਜੀ। ਇਹਦਾ ਮੁੱਲ 65,000 ਹੈ ਜੀ। 65,000 ਤੇ ਮਾਨ ਤਾਨ ਮੌਕੇ ਤੇ ਹੋ ਜੂਗਾ ਜੀ ਮਾਨ? ਅੱਛਾ ਜੀ, ਉਹ ਵੀ ਕਰ ਦੋਗੇ। 65,000 ਵੀਰ ਜੀ ਉਹਨੇ ਇਹਦਾ ਮੁੱਲ ਕੀਤਾ ਤੇ ਮਾਨ ਤਾਨ ਮੌਕੇ ਤੇ ਜਿਹੜਾ ਹੋ ਜੂਗਾ। ਬਾਕੀ ਤੁਸੀਂ ਵੱਛੀ ਦਾ ਵੀ ਮੂੰਹ ਦੇਖ ਸਕਦੇ ਜੀ। ਹਾਂਜੀ ਵੀਰ ਜੀ, ਚਵਾ ਓਕੇ ਆ ਜੀ ਪੂਰੇ ਦਾ ਧਾਰਾ? ਬਹੁਤ ਵਧੀਆ ਚਵਾ, ਕੋਈ ਭੂਲ ਨਹੀਂ ਆ, ਧਾਰਾ ਮਾਰ ਕੇ ਵਿਖਾ ਦਿੰਦੇ। ਚਲੋ ਧਾਰਾ ਫਿਰ ਇੱਕ ਇੱਕ ਮਾਰ ਕੇ, ਇੱਕ ਦੋ ਦੋ ਮਾਰ ਕੇ ਦਿਖਾ ਦਿਓ। ਬਿਲਕੁਲ ਠੰਡੀ ਸੀਲ ਆ। ਕਈ ਵਾਰੀ ਪਸ਼ੂ ਜਿਹੜਾ ਇੱਕਦਮ ਆਪਾਂ ਥਣ ਨੱਪੀਏ ਤੇ ਕਈ ਵਾਰੀ ਕਰ ਜਾਂਦਾ। ਹਾਂ ਦੇਖ ਸਕਦੇ। ਹਾਂਜੀ ਵੀਰ ਜੀ, ਸਾਰੇ ਥਣਾਂ 'ਚੋਂ ਧਾਰਾਂ ਥੋੜ੍ਹੀਆਂ ਥੋੜ੍ਹੀਆਂ ਮਾਰ ਦਿਓ। ਕਈ ਵਾਰੀ ਜਦੋਂ ਆਪਾਂ ਇੱਕਦਮ ਜਦੋਂ ਹਵਾਨਾ ਜਾਂ ਥਣ ਨੱਪੀਏ ਉਦੋਂ ਕਈ ਵਾਰੀ ਪਸ਼ੂ ਡਰ ਜਾਂਦਾ। ਹੁਣ ਤੁਸੀਂ ਦੇਖ ਸਕਦੇ ਬੜੇ ਰਮਾਨ ਨਾਲ ਜਿਹੜੀ ਇਹ ਖਲੋਤੀ ਆ, ਪਹਿਲਾਂ ਜਿਹੜੀ ਡਰ ਗਈ ਸੀ। ਹਾਂਜੀ ਠੀਕ ਆ ਜੀ, ਠੀਕ ਆ। ਹੁਣ ਤੀਸਰੇ ਨੰਬਰ 'ਤੇ ਇੱਕ ਹੋਰ ਸੋਹਣੇ ਰੰਗ ਰੂਪ ਵਾਲੀ ਜਿਹੜੀ ਤੁਹਾਨੂੰ ਵੈਟ ਦਿਖਾਉਣੀ ਆ, ਇਹ ਵੀ ਤੁਹਾਨੂੰ ਬਾਹਰ ਕੱਢ ਕੇ ਚੰਗੀ ਤਰ੍ਹਾਂ ਦਿਖਾਉਂਦੇ। ਹਾਂਜੀ ਵੀਰ ਜੀ, ਇਹਦੇ ਬਾਰੇ ਵੀ ਦੱਸ ਦਿਓ ਜੀ। ਇਹ ਦੂਸਰੇ ਸੂਏ ਸੋਹਣੀ ਹੈ ਜੀ। ਦੂਸਰੇ ਸੂਏ ਸੋਹਣੀ ਆ ਤੇ ਕਿੰਨੇ ਕੁ ਦਿਨ ਅਜੇ ਖੜਦੀ ਆ? ਇਹ ਤੇ ਲੈ ਜੂਗੀ ਇੱਕ ਹਫ਼ਤਾ ਜੀ। ਇੱਕ ਹਫ਼ਤਾ ਲੈ ਜੂਗੀ ਤੇ ਕਿੰਨਾ ਕੁ ਦੁੱਧ ਦੇ ਕਰੂਗੀ ਦੂਸਰੇ ਸੂਏ? ਸੂਏ ਨੇ 16-17 ਕਿਲੋ ਦੁੱਧ ਦਿੱਤਾ ਜੀ। ਅੱਛਾ ਜੀ, 2-4 ਕਿਲੋ ਵੱਧ ਹੀ ਦੇਊਗੀ। ਅੱਛਾ ਜੀ, ਕਿੰਨਾ ਕੁ ਫਿਰ ਵੀ ਤੁਹਾਡੇ ਹਿਸਾਬ ਨਾਲ? 20 ਤਾਂ ਕਰ ਹੀ ਜਾਊਗੀ। ਅੱਛਾ, 20 ਕਿਲੋ ਦੁੱਧ ਦੂਸਰੇ ਸੂਏ ਕਰ ਚੂਗੀ? ਹਾਂਜੀ ਹਾਂਜੀ, ਬੀਟ ਬਰਾਂਡ ਚੰਗੀ ਆ। ਠੀਕ ਆ ਜੀ, ਚੰਗਾ ਖੁੱਲਾ ਬੰਨਾ ਬਣਾਉਂਦੀ ਹੈ। ਖੋਲ ਕੇ ਵਿਖਾਈਏ ਇਹਨਾਂ ਫਿਰ। ਹਾਂਜੀ ਖੋਲ ਲਿਓ ਜੀ। ਫੇਸ ਕੁਆਲਿਟੀ ਇੱਕ ਵਾਰੀ ਤੁਸੀਂ ਦੇਖ ਸਕਦੇ, ਬਿਲਕੁਲ ਨਿਕਾ ਨਿਕਾ ਕੰਨ ਇਹਦਾ, ਮੂੰਹ ਵੀ ਚੰਗਾ ਸੋਹਣਾ ਤੇ ਕੰਨ ਜਿਹੜਾ ਬੜਾ ਨਿਕਾ ਨਿਕਾ ਬਰੀਡ ਵਾਲੀ ਆ, ਥੋੜ੍ਹੀ ਕਰੋਸ 'ਚ ਆ ਜਾਂਦੀ। ਅਤੇ ਹਵਾਨਾ ਤੁਸੀਂ ਦੇਖ ਸਕਦੇ ਜੀ। ਅਜੇ ਕਿੰਨੇ ਕੁ ਦਿਨ ਲੈ ਜਾਓਗੇ ਵੀਰ ਜੀ? ਲੈ ਜਾਓ ਇੱਕ ਹਫ਼ਤਾ ਜਿਹੜਾ ਇਹ ਖੜਦੀ ਆ ਅਤੇ ਹਵਾਨੇ ਦਾ ਤੁਸੀਂ ਹੁਣ ਤੋਂ ਹੀ ਅੰਦਾਜ਼ਾ ਲਗਾ ਸਕਦੇ ਜੀ। ਸੋਹਣਾ ਹਵਾਨਾ ਜਿਹੜਾ ਇਹ ਤਿਆਰ ਕਰੂਗੀ, ਦੂਸਰੇ ਸੂਏ ਜਿਹੜਾ ਇੰਨੇ ਸੋਹਣਾ। ਆਹ ਵੀਰ ਜੀ ਉਹਨਾਂ ਤੋਂ ਹੁਣ ਇਹਦਾ ਜਿਹੜਾ ਮੁੱਲ ਪੁੱਛਦੇ, ਇੱਕ ਵਾਰੀ ਥਣਾਂ ਦਾ ਸਾਈਜ਼ ਜਿਹੜਾ ਤੁਹਾਨੂੰ ਦਿਖਾ ਦਈਏ। ਥਣਾਂ ਦਾ ਸਾਈਜ਼ ਵੀ ਚੰਗਾ ਸੋਹਣਾ ਅਤੇ ਮੂੰਹ ਵੀ ਸੋਹਣਾ। ਹਾਂਜੀ ਵੀਰ ਜੀ, ਇਹਦਾ ਜਿਹੜਾ ਮੁੱਲ ਆਪਾਂ ਦੱਸ ਦਈਏ ਜੀ। ਇਹਦਾ ਮੁੱਲ ਜੀ ਹਿਸਾਬ ਦਾ ਜੀ 45,000। 45,000 ਅਤੇ ਮਾਨ ਤਾਨ ਕਰੋਗੇ ਜੀ? ਹਾਂਜੀ ਕਰਾਂਗੇ। ਠੀਕ ਹੈ ਜੀ, ਠੀਕ। ਆ ਹੁਣ ਚੌਥੇ ਨੰਬਰ 'ਤੇ ਇੱਕ ਹੋਰ ਜਿਹੜੇ ਸੋਹਣੇ ਥਣਾਂ ਵਾਲੀ ਅਤੇ ਸੋਹਣੇ ਰੰਗ ਰੂਪ ਵਾਲੀ ਜਿਹੜੀ ਤੁਹਾਨੂੰ ਵੈਟ ਦਿਖਾਉਣੀ, ਇਹਦਾ ਹਵਾਨਾ ਵੀਰ ਜੀ ਖਾਲੀ ਕਿਉਂ ਲੱਗਣ ਦਿਆ ਆਪਾਂ ਨੂੰ? ਅੱਛਾ ਜੀ,
ਤੇ ਉਂਝ ਮਤਲਬ ਠੀਕ ਆ ਕਿ ਉਧਾਰ ਕਰਦੇ ਸੀ ਤੇ ਉਹਦੇ ਕਰਕੇ ਤੁਸੀਂ ਦਿੱਤੀ ਨਹੀਂ ਹੈ। ਚਾਰ ਦੰਦ ਜੇ ਮੂੰਹ ਮੂੰਹ ਦੇ ਚਾਰ ਦੰਦ ਵਿਖਾਈਏ ਫਿਰ ਇਹਦੇ ਵੀ ਦੰਦ ਇੱਕ ਵਾਰੀ। ਪਹਿਲਾ ਸੂਆ ਜੀ, ਪਹਿਲਾ ਸੂਆ ਇਹਦਾ ਚਾਰ ਦੰਦ, ਪਹਿਲਾ ਸੂਆ ਜੇ ਦੋਸਤੋ ਇਹਦਾ ਤੇ ਮੂੰਹ ਦੇ ਚਾਰ ਦੰਦ। ਹਾਂਜੀ ਠੀਕ ਆ ਜੀ। ਹਾਂਜੀ ਛੱਡ ਦਿਓ ਥਾਨ ਇੱਕ ਵਾਰੀ ਜਿਹੜੇ ਤੁਹਾਨੂੰ ਦਿਖਾ ਦਈਏ। ਥਾਨ ਬਹੁਤ ਸੋਹਣਾ ਜਿਹੜਾ ਇਹਨੇ ਤਿਆਰ ਕੀਤਾ। ਧਾਰਾਂ ਵੀ ਇੱਕ ਵਾਰੀ ਇਹਦੀਆਂ ਤੁਹਾਨੂੰ ਮਾਰ ਕੇ ਦਿਖਾਵਾਂਗੇ ਦੋਸਤੋ। ਇੱਕ ਵਾਰੀ ਤੁਹਾਨੂੰ ਜਿਹੜੀਆਂ ਇਹਦੀਆਂ ਵੀ ਧਾਰਾਂ ਮਾਰ ਕੇ ਦਿਖਾ ਦਈਏ। ਇਹ ਵੀ ਜਿਹੜੀ ਠੰਡੀ ਸੀਲ ਆ ਪੂਰੀ ਪਰਸੋਂ ਸੂਈ ਅਜੇ ਵੀਰ ਜੀ ਹੋਣੀ ਕਹਿੰਦੇ ਅਜੇ ਬੋਲਾ ਹੀ ਆ। ਤੁਸੀਂ ਥੱਲੇ ਵੀ ਦੇਖ ਸਕਦੇ ਜੇ ਅਜੇ ਬੋਲਾ ਹੀ ਆ, ਬੋਲਾ ਹੀ ਨਿਕਲਦਾ ਵਾ। ਅਤੇ ਹਾਂਜੀ ਠੰਡੀ ਸੀਲ ਆ ਪੂਰੀ ਪਰਸੋਂ ਸੂਈ ਆ ਅਤੇ ਮੂੰਹ ਇਹਦਾ ਤੁਸੀਂ ਦੇਖ ਸਕਦੇ ਜੀ। ਕਿੰਨਾ ਕੁ ਬੋਲਾ ਇਹਦੇ ਥੱਲੇ ਤਿਆਰ ਹੈ ਜੀ? ਚੌਦਾਂ ਲੀਟਰ ਬੋਲਾ ਤਿਆਰ ਖਾਲੀ ਕਰਤੀ ਪੂਰੀ? ਅੱਛਾ ਜੀ, 14 ਲੀਟਰ ਬੋਲਾ ਤਿਆਰ ਤੇ ਕਿੰਨਾ ਕੁ ਇਹ ਕਰੂਗੀ? ਇਹ 20+ ਹੀ ਕਰੂਗੀ ਜੀ ਬੋਲੇ ਹਿਸਾਬ ਨਾਲ। ਪਹਿਲੇ ਸਵੇ 20+ ਚੱਲ ਜੂਗੀ? ਹਾਂ ਬਰੀਡ ਬਹੁਤ ਚੰਗੀ ਜੀ। ਅੱਛਾ ਜੀ, ਹਾਂ ਮੂੰਹ ਮਾਰ ਕੋ ਕਿੱਡਾ ਸੋਹਣਾ ਲੱਗਾ। ਹਾਂਜੀ, ਤੇ ਇਹਦੇ ਮਗਰ ਕੀ ਆ ਗਿਆ? ਇਹਦੇ ਮਗਰ ਬੱਚਾ ਜੀ। ਮਗਰ ਬੱਚਾ ਉਹ ਦੋਸਤੋ, ਇਹਦੇ ਮਗਰ ਜਿਹੜਾ ਬੱਚਾ ਆ ਗਿਆ ਲਿਆਓ ਇਹਨਾਂ ਬਾਹਰ ਇੱਕ ਵਾਰੀ ਖੋਲ੍ਹ ਕੇ ਦਿਖਾਈਏ ਫਿਰ ਇਹਦਾ ਮੁੱਲ ਆਪਾਂ ਦੱਸਦੇ ਹਾਂ। ਫੇਸ ਕੁਆਲਿਟੀ ਇਹਦੀ ਇੱਕ ਵਾਰੀ ਤੁਸੀਂ ਜਿਹੜੀ ਚੰਗੀ ਤਰ੍ਹਾਂ ਦੇਖ ਸਕਦੇ ਜੀ। ਬਿਲਕੁਲ ਨਿਕਾਹ ਜਿਹਾ ਮੂੰਹ ਦੇ ਨਿੱਕੇ ਨਿੱਕੇ ਕੰਨ ਆ, ਮੂੰਹ ਦੇ ਚਾਰ ਦੰਦ ਤੁਹਾਨੂੰ ਚੈੱਕ ਕਰਾਤੀ ਆ ਤੇ ਥਣਾਂ ਦਾ ਸਾਈਜ਼ ਵੀ ਜਿਹੜਾ ਚੰਗਾ ਸੋਹਣਾ ਪਹਿਲੇ ਸੂਬੇ ਤਿਆਰ ਕੀਤਾ ਵੀਰ ਜੀ ਉਹਨਾਂ ਨੇ। ਜਿਹੜਾ ਆਪਾਂ ਨੂੰ ਦੱਸਤਾ ਕਿ ਹੁਣੇ ਜਿਹੜੇ ਇਹ 24 ਹੀ ਆਏ ਗਾਹਕ ਅਤੇ ਪਰ ਜਿਹੜਾ ਆਧਾਰ ਕਰਦੇ ਸੀ। ਬਾਕੀ ਕਿਸੇ ਵੀਰ ਨੂੰ ਚੰਗੀ ਲੱਗਦੀ ਆਪਣਾ 2 ਟਾਈਮ ਚੋ ਕੇ ਅਤੇ ਫਿਰ ਆਪਣੇ ਪਸ਼ੂ ਖਰੀਦਦੇ ਜੀ। ਜਿਹੜਾ ਹਵਾਨਾ ਤੁਹਾਨੂੰ ਇਸ ਤਰ੍ਹਾਂ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਸੋਹਣੇ ਰੰਗ ਰੂਪ ਦੀ ਆ ਆਹ। ਹੁਣ ਇਹਦਾ ਜਿਹੜਾ ਮੁੱਲ ਆਪਾਂ ਪੁੱਛਦੇ ਹਾਂ। ਹਾਂਜੀ ਵੀਰ ਜੀ, ਆ ਬੈਡ ਜਿਹੜੀ ਤੁਸੀਂ ਕਹਿੰਦੇ ਜੇ ਕਿ ਦੁੱਧ 20 ਲੀਟਰ ਦੇ ਲੱਗ ਚੱਗ ਜਿਹੜਾ ਇਹ ਕਰੂਗੀ ਅਤੇ ਇਹਦਾ ਕੀ ਮੁੱਲ ਕਰਦੇ? 52,000 ਅਤੇ ਮਾਨ ਤਾਨ ਮੌਕੇ 'ਤੇ ਠੀਕ ਆ ਜੀ। ਹਾਂਜੀ ਠੀਕ ਆ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਦੋਸਤੋ ਚਾਰ ਪਸ਼ੂ ਜਿਹੜੇ ਵੀਰ ਜੀ ਉਹਨਾਂ ਨੇ ਵਿਕਾਊ ਕੀਤੇ ਆ। ਕਿਸੇ ਵੀਰ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਅਪਣਾਵੇ ਇੱਥੇ, 2 ਟਾਈਮ 3 ਟਾਈਮ ਤਸੱਲੀ ਕਰੇ, ਚੈੱਕ ਪਾਸ ਕਰੇ ਅਤੇ ਫਿਰ ਆਪਣਾ ਪਸ਼ੂ ਖਰੀਦੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।